ਸਾਨੂੰ ਖੁਸ਼ੀ ਹੁੰਦੀ ਆ ਕਿ ਹੁਣ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜਾਂ ਹੁਣ ਸਾਨੂੰ ਉਹ ਰੈਕਗਨੇਸ਼ਨ ਜਿਹੜੀ ਆ ਉਹ ਇੰਨੀ ਵੱਡੀ ਦੇਣੀ ਨਹੀਂ ਪੈਂਦੀ। ਸੋ ਇਹ ਬਹੁਤ ਪ੍ਰਾਊਡ ਵਾਲੀ ਗੱਲ ਆ, ਮਾਣ ਵਾਲੀ ਗੱਲ ਆ। ਔਰ ਬਾਹਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇੱਥੇ ਜਿਹੜਾ ਮੁੰਡਿਆਂ ਦੇ ਵਿੱਚ ਭਾਅ ਜੀ ਪੱਗ ਦਾ ਕਰੇਜ਼ ਦੁਬਾਰਾ ਬਹੁਤ ਵਧਿਆ ਜੀ, ਬਹੁਤ ਵਧਿਆ। ਜਿਹੜਾ ਇੱਥੇ ਅਸੀਂ ਦੇਖਦੇ ਹਾਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਸ਼ੋਅ ਕਰਨ ਵੀ ਜਾਂਦੇ ਹਾਂ, ਅਤੇ ਅਸੀਂ ਪਰਸ ਹੁਣ ਪਿਛਲੇ ਵੀਕ ਨਾ ਅਸੀਂ ਦਿੱਲੀ ਸ਼ੋਅ ਕਰਕੇ ਆਏ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਅਤੇ ਮੈਂ ਹੈਰਾਨ ਰਹਿ ਗਿਆ ਇੰਨੇ ਮੁੰਡੇ ਪੱਗਾਂ ਸਰਦਾਰ ਦਿੱਲੀ ਦੇ ਵਿੱਚ। ਮੈਂ ਕਿਹਾ ਯਾਰ ਕਮਾਲ ਹੋ ਗਈ, ਮਤਲਬ ਮੈਂ ਇੰਨਾ ਖੁਸ਼ ਹਾਂ। ਅਤੇ ਹੁਣ ਵਿਆਹਾਂ ਦੇ ਵਿੱਚ ਵੀ ਜਾਈਦਾ, ਇੰਨੇ ਮੁੰਡੇ ਪੱਗਾਂ, ਮਤਲਬ ਹੁਣ ਤਾਂ ਇਹ ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਸਭ ਤੋਂ ਜਿਹਨੂੰ ਕਹਿ ਸਕਦੇ ਕਿ ਇਹ ਬੈਸਟ ਇਸ ਟਾਈਮ ਜਿਹੜਾ ਫੈਸ਼ਨ ਚੱਲ ਰਿਹਾ ਆ, ਔਰ ਸਭ ਤੋਂ ਕਮਾਲ ਦਾ ਔਰ ਸਭ ਤੋਂ ਸੋਹਣਾ ਇਹ ਜਾਣ ਕੇ ਅਸਰ ਜਾਣ ਕੇ ਅਸਰ ਮੈਂ ਤੀਜੀ ਪੱਗ ਖੋਲੀ, ਪਹਿਲਾਂ ਦੋ ਬੰਨੀਆਂ, ਫਿਰ ਉਹ ਮੈਨੂੰ ਐ ਲੱਗਾ ਕਲਰ ਨਹੀਂ ਸੈੱਟ, ਭਾਜੀ ਕਹਿੰਦੇ ਹੁਣ ਤੇਰੀ ਉਮਰ ਆ ਕਾਕਾ। ਜਿਹੜੀ ਨਾ ਇਨਸਾਨ ਦੀ ਪਹਿਚਾਣ, ਬੰਦੇ ਦੀ ਪਹਿਚਾਣ ਜਿਹੜੀ ਆ ਉਹ ਕਹਿੰਦੇ ਉਹਦੀ ਰਫਤਾਰ ਤੋਂ, ਗੁਫਤਾਰ ਤੋਂ ਤੇ ਦਸਤਾਰ ਤੋਂ ਹੁੰਦੀ। ਉਹ ਚੱਲਦਾ ਕਿਵੇਂ ਆ, ਉਹਦਾ ਬੋਲ ਬਾਣੀ ਦਾ ਲਹਿਜਾ ਕਿਵੇਂ ਆ, ਉਹਦੀ ਦਸਤਾਰ ਕਿਵੇਂ ਦੀ, ਉਹਦਾ ਕਿਰਦਾਰ ਉੱਥੋਂ ਪਛਾਣਿਆ ਜਾਂਦਾ। ਬਹੁਤ ਵਧੀਆ, ਬਹੁਤ ਅੱਛਾ ਲੱਗਿਆ, ਮਤਲਬ ਬੜੇ ਟਾਈਮ ਬਾਅਦ ਇਹੋ ਜਿਹੀ ਗੱਲਾਂ ਸੁਣੀਆਂ ਮਿਲੀਆਂ ਨੇ।